ਨੌਵੀਂ ਕਲਾਸ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਲੜਾਈ ਨੇ ਖੂਨੀ ਰੂਪ ਧਾਰਿਆ। ਕਿਹਾ ਜਾ ਰਿਹਾ ਕਿ ਪਹਿਲਾਂ ਸਕੂਲ ਦੇ ਵਿੱਚ ਲੜਾਈ ਹੋਈ, ਉੱਥੇ ਪ੍ਰਿੰਸੀਪਲ ਨੇ ਸਮਝੌਤਾ ਕਰਵਾਇਆ, ਤਾਂ ਉਸ ਤੋਂ ਬਾਅਦ ਵੀ ਜਦੋਂ ਨਹੀਂ ਮੰਨੇ ਤਾਂ ਟਿਊਸ਼ਨ ਜਾਣ ਸਮੇਂ ਆਪਸ ਦੇ ਵਿੱਚ ਉਹ ਸੜਕ ਦੇ ਉੱਤੇ ਹੀ ਭਿੜ ਗਏ। ਹਾਲਾਂਕਿ ਜਦੋਂ ਸੜਕ 'ਤੇ ਭਿੜੇ ਤਾਂ ਉਸ ਸਮੇਂ ਕਈ ਵਿਦਿਆਰਥੀਆਂ ਦੀਆਂ ਪੱਗਾਂ ਲਈਆਂ ਨੇ ਅਤੇ ਕਈਆਂ ਦੇ ਸਿਰ ਖੁੱਲ੍ਹੇ ਨੇ, ਅਤੇ ਦੱਸਦੇ ਕਿ ਜ਼ਖਮੀਆਂ ਨੂੰ ਹੁਣ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਨੌਵੀਂ ਕਲਾਸ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਆਮੋ ਸਾਹਮਣੇ ਹੋਏ ਨੇ। ਪਹਿਲਾਂ ਮਾਮੂਲੀ ਗੱਲ ਨੂੰ ਲੈ ਕੇ ਸਕੂਲ ਦੇ ਵਿੱਚ ਤਕਰਾਰ ਹੋਈ, ਜਿਸ ਤੋਂ ਬਾਅਦ ਪ੍ਰਿੰਸੀਪਲ ਕੋਲ ਗੱਲ ਪਹੁੰਚਦੀ ਹੈ। ਪ੍ਰਿੰਸੀਪਲ ਦੇ ਵੱਲੋਂ ਦੋਹਾਂ ਦਾ ਸਮਝੌਤਾ ਕਰਵਾਇਆ ਜਾਂਦਾ, ਸਕੂਲ ਦੇ ਵਿੱਚ ਇੱਕ ਦੂਜੇ ਦੇ ਵੱਲ ਨਾ ਦੇਖਣ ਤੱਕ ਦੇ ਲਈ ਵੀ ਕਹਿ ਦਿੱਤਾ ਜਾਂਦਾ। ਪਰ ਬਾਵਜੂਦ ਇਸ ਦੇ ਜਿੱਤ ਦੇ ਅੱਗੇ ਦੋਵਾਂ ਦੀ ਲੜਾਈ ਹੁਣ ਸਕੂਲ ਤੋਂ ਬਾਹਰ ਪਹੁੰਚੀ ਹੈ, ਸੜਕਾਂ ਦੇ ਉੱਤੇ ਲੜਦੇ ਦਿਖੇ ਨੇ। ਹਾਲਾਂਕਿ ਇਸ ਦੌਰਾਨ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਬਾਈਕ ਦੇ ਉੱਤੇ ਆਏ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ 'ਤੇ ਹਮਲਾ ਕੀਤਾ ਗਿਆ। ਹਾਲਾਂਕਿ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਸਕੂਲ ਦੇ ਵਿੱਚ ਪੜ੍ਹਨ ਵਾਲੇ ਨੌਵੀਂ ਕਲਾਸ ਦੇ ਵਿਦਿਆਰਥੀਆਂ ਵਿਚਕਾਰ ਲੜਾਈ ਹੋਈ ਹੈ, ਸਿਰ ਖੁੱਲ੍ਹੇ ਨੇ, ਪੱਗਾਂ ਲਈਆਂ ਨੇ, ਅਤੇ ਦੂਜੇ ਪਾਸੇ ਹੁਣ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ। ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਨੇ। ਗੱਲ ਵੀਰੇ, ਮੈਂ ਅੱਜ ਟਿਊਸ਼ਨ ਗਿਆ ਸੀਗਾ, ਠੀਕ ਆ। ਟਿਊਸ਼ਨ ਤੋਂ ਬਾਅਦ ਨਾ ਇਹਨਾਂ ਦੀ ਕਲਾਸ ਦਾ ਮੁੰਡਾ ਮਿਲ ਗਿਆ, ਉਹਦੇ ਨਾਲ ਮੇਰੀ ਗੱਲ ਹੋ ਰਹੀ ਸੀਗੀ, ਠੀਕ ਆ। ਉਹਦੇ ਨਾਲ ਹੀ ਨਾ ਇਹਦਾ ਭਰਾ 3-4 ਮੁੰਡੇ ਲੈ ਕੇ ਆ, ਉਹਨੇ ਮੇਰੇ ਆਉਂਦੇ ਹੀ ਮਾਰਨੀਆਂ ਸਟਾਰਟ ਕਰਤੀਆਂ। ਉਹ ਤੋਂ ਬਾਅਦ ਇਹਨਾਂ ਨੇ ਮੇਰੇ ਮਾਰੀਆਂ, ਉਹ ਤੋਂ ਬਾਅਦ ਮੈਂ ਆਪਣੇ ਘਰ ਚੱਲ ਗਿਆ। ਮੈਂ ਟੀ ਸ਼ਰਟ ਦੂਜੀ ਪਾ ਕੇ ਆਹ ਵਾਲੀ ਪਾ ਕੇ ਅਤੇ ਕੈਫੇ ਦੇ ਵਿੱਚੋਂ ਵੀਡੀਓ ਕਢਾਉਣ ਜਾ ਰਿਹਾ ਸੀਗਾ। ਰਸਤੇ ਦੇ ਵਿੱਚ ਨਾ ਇਸਾ ਨਗਰੀ ਵਾਲੀ ਸਾਈਡ ਪੈਟਰੋਲ ਪੰਪ ਦੇ ਅੱਗੇ ਨਾ ਚਿਲਡਰਨ ਰੋਡ, ਚਿਲਡਰਨ ਪਾਰਕ ਹੈਗਾ, ਉਹਦੇ ਕੋਲ ਨਾ 25 ਮੁੰਡਿਆਂ ਦੇ ਨਾ ਖੜ੍ਹੇ ਹੋਏ ਸੀ ਇਹਦੇ ਭਰਾ, ਆਉਂਦੇ ਮੇਰੇ ਕੜੇ ਕੂੜੇ ਕਰਪਾਨਾ ਸਭ ਕੁਛ ਮਾਰਨੀਆਂ ਸਟਾਰਟ ਕਰਤੀਆਂ। ਵੀਰੇ ਇਹਨਾਂ ਨੂੰ ਵੀ ਪਤਾ ਨਹੀਂ ਕੀ ਕਾਰਨ ਆ। ਪਹਿਲਾਂ ਮੇਰੀ ਸਕੂਲ 'ਚ ਹੋਈ ਸੀ, ਸਕੂਲ 'ਚ ਮੈਡਮ ਨੇ ਗੱਲ ਸੋਲਵ ਕਰਾ ਦਿੱਤੀ, ਕਹਿੰਦੀ ਨਾ ਤੂੰ ਉਹਦੇ ਵੱਲ ਦੇਖਣਾ ਨਾ ਮੈਂ ਉਹਦੇ ਵੱਲ ਦੇਖਣਾ, ਠੀਕ ਹੈ ਵੀਰੇ। ਆਪਣੀ ਗੱਲ ਖਤਮ ਹੋ ਗਈ, ਮੈਂ ਉਹਦੇ ਬਾਅਦ ਨਾ ਟਿਊਸ਼ਨ ਤੋਂ ਬਾਹਰ ਨਿਕਲਿਆ, ਜਿੱਦਾਂ ਇਹਦੀ ਕਲਾਸ ਦਾ ਮੁੰਡਾ ਮਿਲਿਆ ਉਹਦੇ ਨਾਲ ਮੇਰੀ ਗੱਲ ਹੋ ਰਹੀ, ਤਾਂ 3 ਮੁੰਡੇ ਆਉਂਦੇ ਨੇ ਮੇਰੇ ਮਾਰਨੀ ਸਟਾਰਟ ਕਰਤੀਆਂ। ਹਥਿਆਰ ਕੀ ਸੀ? ਖੰਡੇ ਖੁੰਡੇ ਦੇ ਕੜੇ ਕੁੜੇ ਪਾਏ ਹੋਏ ਸੀ ਵੀਰੇ ਉਹਨਾਂ ਨੇ ਬਹੁਤ। ਜਦੋਂ ਪਹਿਲਾਂ ਮੇਰੇ ਨਾਲ ਵਾਰਦਾਤ ਕੀਤੀਆਂ ਉਦੋਂ ਤਾਂ 3-4 ਜਣੇ ਸੀਗੇ, ਉਹ ਤੋਂ ਬਾਅਦ 25-30 ਜਣੇ ਹੋਰ ਸੀਗੇ। ਉਹ ਤੋਂ ਬਾਅਦ ਮੈਂ ਵੀਡੀਓ ਕਢਾਉਣ ਜਾ ਰਿਹਾ ਸੀਗਾ ਵੀਰੇ। ਹੁਣ ਬੰਦਾ ਕੋਈ ਸਕੂਲ 'ਚ ਲੱਗੇਗਾ, ਹੁਣ ਇੱਦਾਂ ਦੀ ਵਾਰਦਾਤ ਹੋਣ ਲੱਗੀ ਆ, ਪ੍ਰਸ਼ਾਸਨ ਕੀ ਕਰੇਗਾ? ਪ੍ਰਸ਼ਾਸਨ ਤੋਂ ਮੇਰੀ ਮੰਗ ਹੈ ਕਿ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਵੀਰੇ। ਕਿਹੜੀ ਕਲਾਸ ਪੜ੍ਹਦੇ ਹੋ? ਮੈਂ ਵੀਰੇ +1 'ਚ ਪੜ੍ਹਦਾ ਹਾਂ। ਇਸ ਤੋਂ ਪਹਿਲਾਂ ਵੀ ਤੁਹਾਡੀ ਲੜਾਈ ਹੋਈ? ਮੇਰੀ ਇਸ ਤੋਂ ਪਹਿਲਾਂ ਵੀ ਹੋਈ ਸੀ, ਪ੍ਰਿੰਸੀਪਲ ਮੈਡਮ ਨੇ ਮੇਰੀ ਗੱਲ ਸੋਲਵ ਕਰਾ ਦਿੱਤੀ ਸੀਗੀ, ਅਤੇ ਉਹ ਤੋਂ ਬਾਅਦ ਕਹਿੰਦੀ ਮੈਡਮ ਨਾ ਤੂੰ ਇਹਦੇ ਵੱਲ ਦੇਖਣਾ ਨਾ ਮੈਂ ਉਹਦੇ ਵੱਲ ਦੇਖਣਾ ਵੀਰੇ। ਆਪਾਂ ਉਹ ਤੋਂ ਬਾਅਦ ਨਾ ਇਹਨਾਂ ਵੱਲ ਦੇਖਿਆ ਨਾ ਮੈਂ ਉਹਨਾਂ ਵੱਲ ਦੇਖਿਆ, ਠੀਕ ਹੈ ਵੀਰੇ। ਅੱਜ ਵੀਰੇ ਮੈਂ ਟਿਊਸ਼ਨ ਤੋਂ ਜਿੱਦਾਂ ਹੀ ਨਿਕਲਿਆ ਸੀਗਾ ਨਾ, ਅਤੇ ਇਹਦੀ ਕਲਾਸ ਦਾ ਮੁੰਡਾ ਨਾ ਤਾਜ ਟੇਲਰ ਹੈਗਾ ਤਾਂ ਇਸਾ ਨਗਰੀ ਦੇ ਕੋਲ, ਉਹਦੇ ਨਾਲ ਮੈਂ ਗੱਲ ਕਰ ਰਿਹਾ ਸੀਗਾ, ਠੀਕ ਆ। ਇਹਦਾ ਭਰਾ ਪਿੱਛੋਂ ਆਇਆ, 3 ਮੁੰਡੇ ਲੈ ਕੇ ਆਉਂਦੇ, ਮੈਨੂੰ ਬਾਈਕ ਤੋਂ ਉਤਾਰ ਲਿਆ, ਨਾਲ ਹੀ ਮੈਨੂੰ ਮਾਰਨੀਆਂ ਸਟਾਰਟ ਕਰਤੀਆਂ, ਉੱਥੇ ਮਾਰਨੀਆਂ। ਮੇਰੇ ਕੋਲ ਵੀਡੀਓ ਵੀ ਹੈਗੀ ਦਿਖਾ ਦਾ। ਮੇਰੇ ਬੇਟੇ ਨੂੰ ਜੀ ਇਹਨਾਂ ਨੇ 4 ਵਾਰ ਪਹਿਲਾਂ ਵੀ ਕੁੱਟਮਾਰ ਕਰਤੀ, ਮੇਰੇ ਮਕਾਕੇ ਨੇ ਨਹੀਂ ਦੱਸਿਆ ਵੀ ਅਸੀਂ ਇੱਕ ਸਕੂਲ 'ਚ ਪੜ੍ਹਦੇ ਹਾਂ, ਠੀਕ ਹੈ। ਅੱਜ ਇਹਨੂੰ ਬਾਹਲੀ ਮਾਰੀ ਟਿਊਸ਼ਨ 'ਤੇ ਆਇਆ ਅਤੇ ਮੈਂ ਆਖਿਆ ਬੇਟਾ ਕਿ ਇਹਨੂੰ ਕੁੱਟੇ ਮਾਰੇ, ਤੇਰੇ ਬਟਨ ਟੁੱਟੇ ਨੇ, ਕੁਛ ਨਹੀਂ ਦੱਸਿਆ। ਆਹ ਮੂਵੀ ਕਢਾਉਣ ਗਿਆ ਅਤੇ ਫਿਰ ਇਹਨਾਂ ਨੇ 15-20-25 ਮੁੰਡਿਆਂ ਨੇ ਢਾ ਲਿਆ। ਫਿਰ ਮੈਂ ਗਲੀ ਦੇ ਵਿੱਚ ਬੈਠੀ, ਕਹਿੰਦਾ ਮੰਮੀ ਮੈਨੂੰ ਸਕੂਲ ਵਾਲੇ ਬੱਚਿਆਂ ਨੇ ਕੁੱਟਿਆ, ਤੁਸੀਂ ਮੇਰੇ ਨਾਲ ਚੱਲੋ, ਮੇਰਾ ਮੈਡੀਕਲ ਪਰਚਾ ਕਰੋ। ਮੈਂ ਬੇਟਾ ਮੈਂ ਚੱਲਦੀ ਹਾਂ,
ਇਹਦੇ ਸਿਰ ਦੇ ਵਿੱਚ ਸੱਟਾਂ ਨੇ, ਢੂਹੀ ਵਿੱਚ ਗੁੰਮ ਸੱਟਾਂ ਮਾਰੀਆਂ ਹੋਈਆਂ ਨੇ, ਸਿਰ ਇਹਦਾ ਪੱਟਿਆ ਹੋਇਆ ਹੈਗਾ। ਇਹਨਾਂ ਨੇ 4 ਵਾਰ ਪਹਿਲਾਂ ਮਾਰਤੇ ਮੇਰੇ ਮੁੰਡੇ ਨੂੰ ਜੀ, ਮੇਰੇ ਮੁੰਡੇ ਨੂੰ ਹੈਗਾ ਖਤਰਾ। ਮੈਂ ਗਰੀਬ ਬੰਦੇ ਆ, ਅਸੀਂ ਨਾ ਸਾਡੇ ਕੋਲ ਪੈਸੇ ਦੀ ਸਪੋਰਟ, ਨਾ ਸਾਡੇ ਕੋਲ ਬੰਦੇ ਦੀ ਸਪੋਰਟ। ਆ ਦੇਖ ਲਓ ਅਸੀਂ 3 ਜਨਾਨੀਆਂ ਖੜੀਆਂ। ਇਸ ਤੋਂ ਪਹਿਲਾਂ ਵੀ ਤੁਹਾਡੇ ਬੱਚੇ ਨੂੰ ਜਦੋਂ ਕੁੱਟਿਆ ਤੇ ਉਸ ਤੋਂ ਪਹਿਲਾਂ ਤੁਸੀਂ ਕੋਈ ਕਾਰਵਾਈ ਕੀਤੀ? ਨਹੀਂ, ਕੋਈ ਦੱਸਿਆ ਨਹੀਂ। ਪ੍ਰਿੰਸੀਪਲ ਮੈਡਮ ਨੇ ਕਿਹਾ, ਕਹਿੰਦਾ ਮੈਡਮ ਮੇਰਾ ਮੁੰਡੇ ਮੈਨੂੰ ਤੰਗ ਕਰਦੇ ਨੇ। ਪ੍ਰਿੰਸੀ ਮੈਡਮ ਕਹਿੰਦੀ ਵੀ ਸਮਝੌਤਾ ਕਰ ਲਓ ਤੁਸੀਂ, ਵੀ ਨਾ ਤੁਸੀਂ ਇਹਨੂੰ ਮਾਰਨਾ ਨਾ ਕੁੱਟਣਾ। ਉਹ ਪ੍ਰਿੰਸੀਪਲ ਕੋਲ ਵੀ ਅਸੀਂ ਫੋਨ ਕੀਤਾ ਸੀ, ਉਹ ਕਹਿੰਦੀ ਕਿੰਨੇ ਕੁ ਲੱਗਿਆ ਜੀ, ਮੈਂ ਮੇਰੇ ਮੁੰਡੇ ਨੂੰ ਬਹੁਤ ਕੁੱਟਿਆ ਮਾਰਿਆ, ਤੁਸੀਂ ਸਮਝਾਏ ਨਹੀਂ ਹੈਗਾ, ਪਹਿਲਾਂ ਵੀ ਕਿਹਾ। ਉਦੋਂ ਇਹਨੇ ਦੱਸਿਆ ਨਹੀਂ, ਇਹ ਕੜੇ ਕੁੜੇ ਲਏ ਹੋਏ ਸੀ ਇਹਨਾਂ ਨੇ, ਹੋਰ ਖੰਡਰ ਖੁੰਡਰ ਲਏ ਸੀ। ਮੇਰੇ ਮੁੰਡੇ ਨੂੰ ਪਤਾ, ਮੈਨੂੰ ਨਹੀਂ ਪਤਾ ਹੈਗਾ। ਬਾਹਰੋਂ ਮੁੰਡੇ ਬੁਲਾਏ ਸੀ, ਹੁਣ ਵੀ ਦੇਖੋ ਕਿੰਨੀ ਮੀਟਿੰਗ ਖੜੀ ਹੈਗੀ ਆ ਸਿਵਲ ਦੇ ਵਿੱਚ, 10-15-25 ਜਣੇ ਸੀ, ਹੁਣ ਵੀ ਖੜੇ ਨੇ ਆ, ਖੜੇ ਸਾਹਮਣੇ। ਹਾਂ, ਆ ਬੇਹੋਸ਼ ਹੋ ਗਿਆ ਕਿਸੇ ਜਨਾਨੀ ਨੇ, ਪਾਣੀ ਪਿਆ, ਟੈਂਪੂ 'ਚ ਭੇਜਿਆ, ਟੈਂਪੂ 'ਚ ਭੇਜ ਕੇ ਘਰੇ ਭੇਜਿਆ, ਘਰੇ 'ਚ ਅਸੀਂ ਇੱਥੇ ਉਹਨੂੰ ਸਿਵਲ 'ਚ ਲੈ ਕੇ ਆਏ। ਮੇਰੇ ਬੱਟੇ ਦੇ ਢੂਹੀ 'ਚ ਗੁੰਮ ਸੱਟਾਂ ਨੇ, ਸਿਰ ਪਾਟ ਰਿਹਾ ਹੈਗਾ। ਹਾਂਜੀ, ਇਹ ਅਸੀਂ ਕੁੱਟਿਆ ਮਾਰਿਆ ਜੀ। ਅਸੀਂ ਕਹਿੰਦੇ ਵੀ ਸਾਡੇ ਬੱਚੇ ਦੇ ਕਸੂਰ ਆ, ਸਾਨੂੰ ਆਪ ਬੁਲਾਓ, ਅਸੀਂ ਸਕੂਲ 'ਚ ਅਸੀਂ ਆਉਂਦੇ। ਪ੍ਰਿੰਸੀਪਲ ਨਾਲ ਅਸੀਂ ਗੱਲ ਕਰਦੇ ਵੀ ਮੈਡਮ ਕੀ ਕਸੂਰ ਹੈ ਸਾਡੇ ਬੱਚੇ ਦਾ, ਸਾਡੇ ਬੱਚੇ ਨੂੰ ਆ ਘੇਰਾ ਪਾਉਂਦੇ ਨੇ। ਆ ਹੁਣ ਵੀ 20-25 ਮੁੰਡੇ ਖੜੇ ਨੇ, ਦੇਖੋ ਸਾਹਮਣੇ ਖੜੇ ਨੇ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ? ਮੰਗ ਕਰਦੇ ਜੀ, ਮੇਰੇ ਮੁੰਡੇ ਨੂੰ ਨਜਾਇਜ਼ ਨਾ ਤੰਗ ਕੀ ਕੁੱਤੇ ਕੁੱਟੇ ਮਾਰਨਗੇ ਤੇ ਆ ਜ਼ਿੰਮੇਵਾਰ ਹੋਣਗੇ।